ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂੰਗੀ ਇਹ ਵਾਲਾ ਡਿਜ਼ਾਇਨ। ਇਹ ਡਿਜ਼ਾਇਨ ਦੀ ਉਲਟੀ ਸਾਈਡ ਆ। ਇੱਕ ਮੈਂ ਬੇਬੀ ਸਵੈਟਰ ਬਣਾ ਕੇ ਤਿਆਰ ਕੀਤਾ। ਦੇਖੋ ਇਸ ਤਰ੍ਹਾਂ ਬੜੇ ਵੇ ਬਹੁਤ ਪਿਆਰਾ ਲੱਗਦਾ। ਬੈਕ ਸਾਈਡ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ। ਦੇਖੋ ਤੁਸੀਂ ਇਸ ਡਿਜ਼ਾਇਨ ਨੂੰ ਲੇਡੀਜ਼ ਕੋਟੀ, ਜੈਕਟ, ਜੈਂਟਸ ਸਵੈਟਰ, ਜੈਕਟ, ਕੋਟੀ, ਕੈਪ ਆਦਿ ਬਣਾ ਸਕਦੇ ਹੋ। ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਪੰਜ ਪੰਜ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਅਤੇ ਤਿੰਨ ਕੁੰਡੇ ਬਾਅਦ। ਜਿਹੜਾ ਇਹ ਵਾਲਾ ਡਿਜ਼ਾਇਨ ਆ ਇਹ ਚਾਰ ਕੁੰਡਿਆਂ 'ਚ ਬਣਦਾ ਅਤੇ ਇੱਕ ਇਹ ਕੁੰਡਾ ਆਪਣੇ ਕੋਲ ਸਿੱਧਾ ਆ ਜਾਂਦਾ। ਟੋਟਲ ਪੰਜ ਕੁੰਡੇ ਹੋ ਜਾਂਦੇ ਨੇ। ਚਲੋ ਜੀ ਸ਼ੁਰੂ ਕਰਦੇ ਹਾਂ ਡਿਜ਼ਾਇਨ ਬਣਾਉਣਾ। ਪਹਿਲੀ ਸਿਲਾਈ ਸਿੱਧੀ ਸੈਡ, ਪਹਿਲਾ ਕੁੰਡਾ ਬੁਣੋ ਚਾਹੇ ਬਿਨਾਂ ਬੁਣਿਆ ਉਤਾਰੋ, ਮੈਂ ਇਸਨੂੰ ਇਸ ਤਰ੍ਹਾਂ ਹੀ ਉਤਾਰਾਂਗੀ। ਦੋ ਕੁੰਡੇ ਸਿੱਧੇ, ਇੱਕ ਦੋ, ਇੱਕ ਦੋ, ਇਹ ਦੋ ਕੁੰਡੇ ਅੱਗੇ ਕਰਕੇ ਇਹਨਾਂ ਦੇ ਵਿਚਕਾਰ ਦੀ ਇਸ ਤਰ੍ਹਾਂ ਸਿਲਾਈ ਪਾ ਕੇ ਕਿਸੇ ਕੁੰਡੇ 'ਚ ਸਿਲਾਈ ਨਹੀਂ ਪਾਉਣੀ। ਇੱਕ ਐਕਸਟਰਾ ਕੁੰਡਾ ਬਣਾਵਾਂਗੇ, ਥੋੜ੍ਹਾ ਲੂਜ਼ ਰੱਖਾਂਗੇ ਇਸ ਕੁੰਡੇ ਨੂੰ। ਇਹ ਦੋਹਾਂ ਗੁੰਡਿਆਂ ਨੂੰ ਸਿੱਧਾ ਬੁਣ ਲਵਾਂਗੇ, ਇੱਕ ਦੋ। ਜਿਹੜਾ ਇਹ ਐਕਸਟਰਾ ਕੁੰਡਾ ਬਣਾਇਆ ਸੀ ਇਹਨਾਂ ਨੂੰ ਦੋਹਾਂ ਗੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਉਲਟਾ ਦੇਣਾ। ਇਹ ਆਪਣੇ ਕੋਲ ਇੱਕ ਗੱਠ ਜਿਹੀ ਬਣ ਜਾਊਗੀ। ਤਿੰਨ ਕੁੰਡੇ ਸਿੱਧੇ, ਇੱਕ ਦੋ ਤਿੰਨ, ਦੋ ਕੁੰਡੇ ਇਸ ਤਰ੍ਹਾਂ ਅੱਗੇ ਕਰਕੇ ਵਿਚਕਾਰ ਦੀ ਸਿਲਾਈ ਕੱਢ ਕੇ ਇੱਕ ਐਕਸਟਰਾ ਕੁੰਡਾ ਬਣਾਵਾਂਗੇ। ਦੋਹਾਂ ਗੁੰਡਿਆਂ ਨੂੰ ਸਿੱਧਾ ਬਣਾਵਾਂਗੇ। ਜਿਹੜਾ ਐਕਸਟਰਾ ਕੁੰਡਾ ਬਣਾਇਆ ਸੀ ਇਸ ਤਰ੍ਹਾਂ ਸਿਲਾਈ ਨਾਲ ਇਹਨੂੰ ਉਠਾ ਕੇ ਇਹਨਾਂ ਦੋਹਾਂ ਕੁੰਡਿਆਂ ਦੇ ਉੱਪਰ ਦੀ ਉਤਾਰ ਦੇਵਾਂਗੇ। ਤਿੰਨ ਕੁੰਡੇ ਸਿੱਧੇ, ਦੋ ਕੁੰਡੇ ਅੱਗੇ ਕਰਕੇ ਤੋਂ ਵਿਚਕਾਰ ਦੀ ਸਿਲਾਈ ਕੱਢ ਕੇ ਇੱਕ ਐਕਸਟਰਾ ਕੁੰਡਾ ਬਣਾਵਾਂਗੇ। ਦੋਹਾਂ ਕੁੰਡਿਆਂ ਨੂੰ ਸਿੱਧਾ ਬੁਣ ਲਵਾਂਗੇ। ਇਸ ਐਕਸਟਰਾ ਕੁੰਡੇ ਨੂੰ ਇਸ ਤਰ੍ਹਾਂ ਸਿਲਾਈ ਨਾਲ ਉਠਾ ਕੇ ਇਹਨਾਂ ਦੋਹਾਂ ਕੁੰਡਿਆਂ ਦੇ ਉੱਪਰ ਦੀ ਉਤਾਰ ਦੇਵਾਂਗੇ। ਦੋ ਕੁੰਡੇ ਸਿੱਧੇ ਬੁਣਾਂਗੇ ਡਿਜ਼ਾਇਨ ਦੇ, ਅਤੇ ਇਹ ਲਾਸਟ ਵਾਲਾ ਕੁੰਡਾ ਵੀ ਸਿੱਧਾ ਬੁਣ ਲਵਾਂਗੇ। ਪਹਿਲੀ ਸਿਲਾਈ ਡਿਜ਼ਾਇਨ ਦੀ ਕੰਪਲੀਟ ਹੋਏ। ਦੂਸਰੀ ਸਿਲਾਈ ਉਲਟੀ ਸਾਈਡ, ਪਹਿਲਾ ਕੁੰਡਾ ਉਤਾਰਾਂਗੇ, ਇੱਕ ਕੁੰਡਾ ਉਲਟਾ ਬਣਾਵਾਂਗੇ। ਇਹ ਦੇਖੋ ਜਿਹੜੀ ਇਹ ਦੋ ਕੁੰਡੇ ਦੇ ਆਪਣੇ ਕੋਲ ਗੱਠ ਬਣੀ, ਇਹਨਾਂ 'ਚ ਪਹਿਲਾ ਕੁੰਡਾ ਇਸ ਤਰ੍ਹਾਂ ਸਿਲਾਈ 'ਚ ਲਵਾਂਗੇ ਅਤੇ ਇਹ ਦੋ ਕੁੰਡਿਆਂ ਨੂੰ ਉਤਾਰ ਲਵਾਂਗੇ। ਅੱਗੇ ਵਾਲਾ ਕੁੰਡਾ ਜਿਹੜਾ ਇਹਨੂੰ ਪਿੱਛੇ ਲੈ ਜਾਵਾਂਗੇ ਅਤੇ ਪਿੱਛੇ ਵਾਲਾ ਕੁੰਡਾ ਅੱਗੇ ਲੈ ਆਵਾਂਗੇ। ਦੋਹਾਂ ਕੁੰਡਿਆਂ ਨੂੰ ਉਲਟਾ ਬਣ ਲਵਾਂਗੇ। ਇਹ ਦੇਖੋ ਜਿਹੜੀ ਗੱਠ ਬਣੀ 'ਚ ਇੱਕ ਕੁੰਡਾ ਰਹਿ ਗਿਆ। ਇਸ ਤੋਂ ਬਾਅਦ 'ਚ ਆਪਾਂ ਇਹ ਜਿਹੜਾ ਦੂਸਰਾ ਕੁੰਡਾ ਇਸ ਕੁੰਡੇ ਨੂੰ ਛੱਡ ਕੇ ਦੂਸਰੇ ਕੁੰਡੇ ਨੂੰ ਇਸ ਤਰ੍ਹਾਂ ਪਹਿਲਾਂ ਬੁਣ ਲਵਾਂਗੇ ਅਤੇ ਪਹਿਲਾਂ ਵਾਲੇ ਕੁੰਡੇ ਨੂੰ ਬਾਅਦ ਵਿੱਚ ਬੁਣ ਲਵਾਂਗੇ। ਇਸ ਤਰ੍ਹਾਂ ਆਪਣੇ ਕੋਲ ਇਹ ਡਿਜ਼ਾਇਨ ਬਣ ਜੂ ਸਿੱਧੀ ਸਾਈਡ ਤੋਂ। ਇੱਕ ਕੁੰਡਾ ਉਲਟਾ, ਪਹਿਲਾ ਕੁੰਡਾ ਛੱਡ ਕੇ ਦੂਸਰੇ ਕੁੰਡੇ 'ਚ ਇਸ ਤਰ੍ਹਾਂ ਸਿਲਾਈ ਪਾਵਾਂਗੇ। ਦੋਹਾਂ ਕੁੰਡਿਆਂ ਨੂੰ ਸਿਲਾਈ ਤੋਂ ਉਤਾਰ ਲਵਾਂਗੇ। ਜਿਹੜਾ ਅੱਗੇ ਵਾਲਾ ਕੁੰਡਾ ਨੂੰ ਇਸ ਤਰ੍ਹਾਂ ਪਿੱਛੇ ਲੈ ਜਾਵਾਂਗੇ, ਜਿਹੜਾ ਪਿੱਛੇ ਵਾਲਾ ਕੁੰਡੇ ਨੂੰ ਅੱਗੇ ਲੈ ਆਵਾਂਗੇ। ਦੋਹੇ ਕੁੰਡੇ ਉਲਟੇ ਬਣਾਂਗੇ। ਦੂਸਰੇ ਕੁੰਡੇ 'ਚ ਸਿਲਾਈ ਪਾ ਕੇ ਇਹਨੂੰ ਪਹਿਲਾਂ ਬੁਣ ਲਵਾਂਗੇ, ਪਹਿਲਾਂ ਵਾਲੇ ਕੁੰਡੇ ਨੂੰ ਬਾਅਦ ਵਿੱਚ ਬੁਣਾਂਗੇ। ਇੱਕ ਕੁੰਡਾ ਉਲਟਾ, ਇਹ ਦੇਖੋ ਅੱਗੇ ਫਿਰ ਆਪਣੇ ਕੋਲ ਇਹ ਦੋ ਕੁੰਡੇ ਆ ਗਏ ਗੱਠ ਵਾਲੇ। ਇਹਨਾਂ 'ਚ ਪਹਿਲੇ ਕੁੰਡੇ 'ਚ ਇਸ ਤਰ੍ਹਾਂ ਸਿਲਾਈ ਪਾਵਾਂਗੇ ਅਤੇ ਦੋਹਾਂ ਕੁੰਡਿਆਂ ਨੂੰ ਉਤਾਰਾਂਗੇ। ਇਸ ਵਾਲੇ ਕੁੰਡੇ ਨੂੰ ਇਸ ਸਿਲਾਈ 'ਚ ਲੈ ਲਵਾਂਗੇ ਅਤੇ ਇਸ ਵਾਲੇ ਕੁੰਡੇ ਨੂੰ ਅੱਗੇ ਲੈ ਆਵਾਂਗੇ। ਦੋਹੇ ਕੁੰਡੇ ਉਲਟੇ ਬਣਾਂਗੇ। ਇਹ ਗੱਠ ਵਾਲਾ ਦੂਸਰਾ ਕੁੰਡਾ ਬਚ ਕੇ ਇਹਨੂੰ ਛੱਡ ਕੇ ਅਤੇ ਇਹ ਵਾਲਾ ਦੂਸਰਾ ਕੁੰਡਾ ਬੁਣ ਲੈਣਾ ਉਲਟੀ ਸਾਈਡ ਤੋਂ, ਇਸ ਵਾਲੇ ਕੁੰਡੇ ਨੂੰ ਬਾਅਦ 'ਚ ਬੁਣਨਾ। ਲਾਸਟ ਦੇ ਦੋ ਕੁੰਡੇ ਉਲਟੇ, ਇੱਕ ਕੁੰਡਾ ਡਿਜ਼ਾਇਨ ਦਾ ਅਤੇ ਕੈਜ ਸਟਿਚ। ਦੋ ਸਿਲਾਈਆਂ ਡਿਜ਼ਾਇਨ ਦੀਆਂ ਕੰਪਲੀਟ ਹੋਈਆਂ। ਤੀਸਰੀ ਸਿਲਾਈ ਸਿੱਧੀ ਸਾਈਡ, ਪਹਿਲਾ ਕੁੰਡਾ ਇਸ ਤਰ੍ਹਾਂ ਹੀ ਉਤਾਰਾਂਗੇ, ਫਿਰ ਧਾਗਾ ਦੂਸਰੀ ਸਾਈਡ ਰੱਖ ਕੇ ਪੂਰੀ ਸਿਲਾਈ ਸਿੱਧੀ ਸਿੱਧੀ ਬੁਣ ਕੇ ਕੰਪਲੀਟ ਕਰਾਂਗੇ।
चौथी सिलाई उल्टी साइड। पहला कुंडा उतारांगे, धागा अपनी साइड रख के पूरी सिलाई उल्टी उल्टी बुन के कंप्लीट करांगे। चार सिलाइया के बीच अपना जोड़ा ए वाला डिजाइन सेम बन के तैयार हो गया। ये चार सिलाइया बार बार रिपीट करते जाओ तो एक शानदार डिजाइन तैयार करते जाओ। वीडियो लाइक शेयर और चैनल सब्सक्राइब जरूर करो जी। थैंक यू।